ਗੁੱਡ ਮਾਰਨਿੰਗ ਡੀਅਰ ਸਟੂਡੈਂਟਸ ਅੱਜ ਅਸੀਂ ਜਿਹੜੇ ਟਿਪਸ ਐਂਡ ਟ੍ਰਿਕਸ ਕਰ ਰਹੇ ਹਾਂ ਯਾਦ ਉਹ ਹੈ ਬੇਟਾ ਪੀਰੀਓਡਿਕ ਟੇਬਲ ਆਫ ਐਲੀਮੈਂਟਸ ਇਹਦੇ ਵੱਖਰੇ ਵੱਖਰੇ ਟਿਪਸ ਐਂਡ ਟ੍ਰਿਕਸ ਮੈਂ ਤੁਹਾਨੂੰ ਦੇਵਾਂਗੀ ਜਿਹਦੇ ਨਾਲ ਤੁਹਾਨੂੰ ਤੁਸੀਂ ਪੀਰੀਓਡਿਕ ਟੇਬਲ ਦਾ ਫਸਟ ਗਰੁੱਪ ਸੈਕਿੰਡ ਗਰੁੱਪ 13th, 14th, 15th, 16th, 17th ਅਤੇ 18th ਬਹੁਤ ਈਜ਼ੀਲੀ ਯਾਦ ਕਰ ਸਕੋਗੇ ਹਜੇ ਤੱਕ ਮੈਂ ਜਿਹੜੇ ਟਿਪਸ ਐਂਡ ਟ੍ਰਿਕਸ ਤੁਹਾਨੂੰ ਦਿੱਤੇ ਉਹ ਰਿਐਕਟੀਵਿਟੀ ਸੀਰੀਜ਼ ਦੇ ਸੀ ਜਾਂ ਫਸਟ 20 ਐਲੀਮੈਂਟਸ ਯਾਦ ਕਰਨ ਦੇ ਸੀ ਬਟ ਨਾਓ ਗਰੁੱਪ ਵਾਈਜ਼ ਮੈਂ ਤੁਹਾਨੂੰ ਇਹਨਾਂ ਦੇ ਟਿਪਸ ਦੇਵਾਂਗੀ ਜਿਹੜੇ ਤੁਸੀਂ ਕੀ ਕਰੋਗੇ ਯਾਦ ਕਰੋਗੇ ਅਤੇ ਜਿਹਦੇ ਨਾਲ ਤੁਹਾਨੂੰ ਪੀਰੀਓਡਿਕ ਟੇਬਲ ਇੰਨਾ ਕੁ ਈਜ਼ੀ ਲੱਗੇਗਾ ਕਿ ਯੂ ਪੀਪਲ think that ki e bahut hi saukha hai let us start with the first and that is HLINAKRBCSFR that is hydrogen lithium sodium potassium and then next rubidium cesium and francium theek hai beta ide jehde apa tanu yaad karawange aaj short कोड ओ है सिंपल जी गल है लन है लन है लन बहुत फेमस एक्ट्रेस सी मैं थोड़े लिए लिख भी देनी हाँ दिस इज हाइड्रोजन दैन यूर लीथियम दैन यूर सोडियम ठीक है बेटा दैन यूर पोटाशियम दैन यूर रुपीडियम दैन यूर सीजियम एंड दैन यूर फ्रेंशियम ठीक है बेटा सिंपल जा कोड है इहदा है जा हेलन जो भी तुसी याद करना चाहते हो याद कर सकते हो हेलन हे लन क क बर क बर ठीक है क और रब क बर से यू पीपल नो से सीजियम ठीक है सी ए फरार हेलन कबर से फरार हेलन कबर से फरार ओके बेटा दिस इज द कोड ऑफ फर्स्ट ग्रुप देन कम टू आवर नेक्स्ट ग्रुप ब्रिलियम मैग्नीशियम कैल्शियम स्ट्रोंशियम बेरियम एंड देन रेडियम ठीक है इदा सिंपल जा कोड जड़ा मैं तुहानू याद करावांगी आ देखो बेटा बेटा मांगे कार बेटा मांगे कार स्कूटर बाप राजी बेटा मांगे अगर मैं तुसी चाहते हो तो मैं थोड़े लिए लिख भी देनी हाँ दिस इज यूअर बेटा मांगे कार कार स्कूटर बाप राजी ठीक है बेटा मांगे कार स्कूटर बाप राजी ठीक है बेटा बेटा की है ब्रिलियम मांगे की मैग्नीशियम कार की कैल्शियम स्ट्रोंशियम स्कूटर बेरियम बाप और रेडियम राजी नाउ नेक्स्ट टू नेक्स्ट 13th ग्रुप जेड़ा कि बहुत इंपॉर्टेंट है बेटा दिस इज बी ए एल दैट इज यूर बोरन अल्मीनियम then gallium ठीक है देखो बेटा यही है ना थोड़ा ग्रुप बोरोन अल्मीनियम गैलियम इंडियम इंडियम then your thallium बेटा इहदा कोड बहुत ही सौखा है बदल बदल मैं चांदी तो थोड़े लिए लिख भी देनी हाँ बदल बदल की बनिया थोड़ा बोरोन ते अल्मीनियम बदल ठीक है जी ए तो की बनिया थोड़ा गया बदल गया बदल गया ठीक है आई एन तो तुहाडी कंट्री जी इंडिया बदल गया इंडिया टी एल तो थोड़ा तो नहीं जी इंडिया तो बहुत ही बदल गया है ठीक है ना बदल गया इंडिया थोड़ा बदल गया इंडिया थोड़ा ठीक है बेटा इहदा मतलब साढ़े 13 ग्रुप का भी हो गया बदल गया इंडिया थोड़ा नाउ नेक्स्ट इज दिस कार्बन 14th ग्रुप कार्बन सिलिकॉन जर्मेनियम टिन लेड और नेक्स्ट ਸਾਡਾ ਹੈਗਾ ਹੈ ਫਲੋਰਵੀਅਮ ਠੀਕ ਹੈ ਪਰ ਆਪਾਂ ਯਾਦ ਕਰਾਂਗੇ ਮੇਨ ਸਾਡਾ ਜਿਹੜਾ ਲੈਡ ਤੱਕ ਹੈ ਸਾਡੇ ਇੰਪੋਰਟੈਂਟ ਹੈ ਕਾਰਬਨ ਸਿਲੀਕਨ ਜਰਮੇਨੀਅਮ ਲੈਡ ਐਂਡ ਦੈਨ ਟਿਨ ਲੈਡ ਇਹਦਾ ਕੋਡ ਤਾਂ ਬਹੁਤ ਸੌਖਾ ਜੀ ਇਹ ਸਾਡੇ ਰਿਲੀਜਨ ਨਾਲ ਰਿਲੇਟਡ ਹੈ ਹਿੰਦੂ ਰਿਲੀਜਨ ਨਾਲ ਬੇਟਾ
ਸਾਡੇ ਜੀ ਕੀ ਹੈ ਸਾਡੇ, ਕਹੇ ਸ਼ਿਵਜੀ ਜੀ, ਕਹੇ ਸ਼ਿਵਜੀ ਜੀ ਕੀ ਕਵੇ ਤੇ ਕੌਣ ਸੁਨੇ। ਕਹੇ ਸ਼ਿਵਜੀ ਜੀ ਸੁਨੇ ਪਾਰਬਤੀ, ਕਹੇ ਸ਼ਿਵਜੀ ਜੀ ਸੁਨੇ ਪਾਰਬਤੀ। ਦਿਸ ਇਜ਼ ਦ ਕੋਡ ਆਫ ਦ 14th ਗਰੁੱਪ। ਨਾਓ ਨੈਕਸਟ ਦ ਕੋਡ ਆਫ 15th ਗਰੁੱਪ, ਠੀਕ ਹੈ। 15th ਗਰੁੱਪ ਹੈ ਨਾਈਟ੍ਰੋਜਨ, ਫਾਸਫੋਰਸ, ਆਰਸੈਨਿਕ, ਐਂਟੀਮਨੀ ਔਰ ਬਿਸਮਥ, ਠੀਕ ਹੈ। 15th ਗਰੁੱਪ ਦਾ ਕੋਡ ਬਹੁਤ ਹੀ ਈਜ਼ੀ ਹੈ। ਕੀ ਹੈ ਜੀ? ਨਾ ਪੀ ਐਸੇ, ਨਾ ਪੀ ਐਸੇ, ਐਸੇ ਮੀਨਸ ਆਰਸੈਨਿਕ, ਸਬਕੇ ਬੀਚ, ਨਾ ਪੀ ਐਸੇ ਸਬਕੇ ਬੀਚ, ਨਾ ਪੀ ਐਸੇ, ਠੀਕ ਹੈ ਬੇਟਾ, ਐਸੇ ਸਬਕੇ ਸਬਕੇ ਬੀਚ। ਮੈਂ ਡਿਸਕ੍ਰਿਪਸ਼ਨ 'ਚ ਸਾਰੇ ਕੋਡ ਵਰਡਸ ਤੁਹਾਨੂੰ ਦੇ ਦਾਂਗੀ ਬੇਟਾ, ਇਸ ਲਈ ਤੁਸੀਂ ਘਬਰਾਉਣਾ ਨਹੀਂ ਹੈ। ਨਾ ਪੀ ਐਸੇ ਸਬਕੇ ਬੀਚ, ਠੀਕ ਹੈ ਨਾ ਬੇਟਾ। ਕੀ ਹੈ ਨਾ ਪੀ ਐਸੇ ਸਬਕੇ ਬੀਚ, ਯਾਨੀ ਕਿ ਨਾਈਟ੍ਰੋਜਨ, ਫਾਸਫੋਰਸ, ਆਰਸੈਨਿਕ, ਐਂਟੀਮਨੀ ਐਂਡ ਬਿਸਮਥ। ਨੈਕਸਟ ਇਜ਼ ਵੈਰੀ ਈਜ਼ੀ, ਈਜ਼ੀਐਸਟ, 16th ਗਰੁੱਪ, 16th। ਆਕਸੀਜਨ, ਸਲਫਰ, ਸਿਲੀਨੀਅਮ, ਟਰਲੀਅਮ, ਪੋਲੋਨੀਅਮ। ਚੀਟਿੰਗ ਕਰਦੇ ਹੋ ਨਾ ਤੁਸੀਂ ਉਸ ਸੇ, ਉਹ ਜ਼ਿਆਦਾ ਇੰਟੈਲੀਜੈਂਟ ਹੈ। ਉਸ ਸੇ ਟੇਪੋ, ਯਾਨੀ ਉਸ ਸੇ ਕਾਪੀ ਕਰੋ। ਉਸ ਆਕਸੀਜਨ, ਸਲਫਰ, ਸੇ ਸਿਲੀਨੀਅਮ, ਟੇਪੋ, TEPO, ਉਸ ਸੇ ਟੇਪੋ ਲਿਖ ਦਿੰਦੀ ਹਾਂ ਮੈਂ ਤੁਹਾਡੇ ਲਈ। ਆਕਸੀਜਨ ਉਸ ਹੋ ਗਿਆ ਤੁਹਾਡਾ, ਉਸ ਸੇ, ਠੀਕ ਹੈ ਜੀ। ਕਿਸ ਸੇ? ਉਸ ਸੇ ਟੇਪੋ, ਉਸ ਸੇ ਟੇਪੋ, ਉਸ ਸੇ ਟੇਪੋ। ਨਾਓ ਵਟ ਨੈਕਸਟ? ਨੈਕਸਟ ਇਜ਼ ਵੈਰੀ ਇੰਪੋਰਟੈਂਟ, ਹੈਲੋਜਨਸ, ਫਲੋਰੀਨ, ਕਲੋਰੀਨ, ਬ੍ਰੋਮੀਨ, ਆਇਓਡੀਨ, ਐਸਟੇਟਾਈਨ। ਇਹ ਤਾਂ ਵੈਸੇ ਬੇਟਾ ਵੈਸੇ ਵੀ ਈਜ਼ੀ ਹੈ, ਸਾਨੂੰ ਯਾਦ ਹੋ ਜਾਂਦੇ ਹੈ, ਪਰ ਫਿਰ ਵੀ ਅਗਰ ਤੁਸੀਂ ਇਹਦਾ ਕੋ ਯਾਦ ਕਰਨਾ ਚਾਹੁੰਦੇ ਹੋ, ਫਿਰ ਕੱਲ ਬਾਹਰ ਆਈ ਆਂਟੀ, ਫਿਰ ਕੱਲ ਬਾਹਰ ਆਈ ਆਂਟੀ, ਠੀਕ ਹੈ ਬੇਟਾ। ਫਿਰ ਕੱਲ ਕੌਣ ਬਾਹਰ ਆਇਆ ਜੀ? ਫਿਰ ਕੱਲ ਆਂਟੀ ਬਾਹਰ ਆਈ ਜੀ। ਫਿਰ ਤੋਂ ਫਲੋਰੀਨ, ਕੱਲ ਕਲੋਰੀਨ, ਬਾਹਰ ਤੋਂ ਬ੍ਰੋਮੀਨ, ਆਈ ਤੋਂ ਆਇਓਡੀਨ ਤੇ ਆਂਟੀ ਐਸਟੇਟਾਈਨ, ਐਸਟੇਟਾਈਨ। ਨਾਓ 18th ਗਰੁੱਪ, ਯੂਅਰ ਨੋਬਲ ਗੈਸਿਸ, ਵੈਰੀ ਇੰਪੋਰਟੈਂਟ ਬੇਟਾ। ਨੋਬਲ ਗੈਸਿਸ ਦਾ ਜਿਹੜਾ ਕੋਡ ਹੈ ਥੋੜ੍ਹਾ ਔਖਾ ਹੀ ਬਣਦਾ ਹੈ, ਪਰ ਫਿਰ ਵੀ ਆਪਾਂ ਕੋਸ਼ਿਸ਼ ਕਰਦੇ ਹਾਂ ਜੀ। ਸਾਡੀ ਹੀਲੀਅਮ ਕੀ ਹੋ ਗਈ ਜੀ? ਹਿਨਾ। ਸਾਡੀ ਹੀਲੀਅਮ ਹੋ ਗਈ ਹਿਨਾ। ਸਾਡਾ ਨੀਓਨ ਕੀ ਹੋ ਗਿਆ? ਸਾਡੀ ਨੀਓਨ ਹੋ ਗਈ ਨੀਨਾ, ਹੀਨਾ ਨੀਨਾ, ਠੀਕ ਹੈ ਜੀ। ਸਾਡਾ ਆਰਗਨ ਕੀ ਹੋ ਗਿਆ? ਔਰ ਕੀ ਹੋ ਗਿਆ ਸਾਡਾ ਆਰਗਨ? ਔਰ ਹੀਨਾ ਨੀਨਾ ਔਰ। ਕ੍ਰਿਪਟੋਨ ਸਾਡਾ ਕੀ ਹੋ ਗਿਆ? ਬੜੀ ਫੇਮਸ ਐਕਟਰਸ ਹੋ ਗਈ ਸਾਡੀ ਕਰੀਨਾ। ਕੀ ਹੋ ਗਿਆ? ਕਰੀਨਾ, ਹੀਨਾ ਨੀਨਾ ਔਰ ਕਰੀਨਾ। ਕਾ ਅਸੀਂ ਉਦਾਂ ਹੀ ਲੈ ਲਿਆ, ਠੀਕ ਹੈ, ਲਾਈਨ ਨੂੰ ਪੂਰਾ ਕਰਨ ਲਈ। ਇਹ ਕੁਛ ਵੀ ਨਹੀਂ ਹੈ, ਕਾ ਐਕਸ ਰੇ, ਠੀਕ ਹੈ। ਹੀਨਾ ਨੀਨਾ ਔਰ ਕਰੀਨਾ ਕਾ ਐਕਸ ਰੇ, ਐਕਸ ਰੇ। ਆਰ ਐਨ ਤੋਂ ਕੀ ਹੋ ਗਿਆ? ਰੰਗੀਨ। ਆਰ ਐਨ ਤੋਂ ਕੀ ਹੋ ਗਿਆ? ਰੰਗੀਨ, ਠੀਕ ਹੈ ਬੇਟਾ। ਜੇ ਮੈਂ ਚਾਹੁੰਦੀ ਤਾਂ ਮੈਂ ਤੁਹਾਨੂੰ ਸਾਰਾ ਪੀਰੀਓਡਿਕ ਟੇਬਲ ਯਾਦ ਕਰਾ ਦੇਣਾ ਸੀ, ਪਰ ਤੁਸੀਂ ਮੇਨ ਮੇਨ ਗਰੁੱਪਸ ਅਜੇ ਯਾਦ ਕਰ ਲਓ, +2 ਤੱਕ ਇਹ ਬਹੁਤ ਇੰਪੋਰਟੈਂਟ ਹੈ। ਉਸ ਤੋਂ ਬਾਅਦ ਮੈਂ ਕਿਸੇ ਦਿਨ ਤੁਹਾਨੂੰ ਲੈਂਥੇਨਾਈਟ ਤੇ ਐਕਟੇ ਦਾ ਈਡਸ ਦਾ ਵੀ ਦੱਸਾਂਗੀ, ਨਾਲ ਮੈਂ ਤੁਹਾਨੂੰ ਸਾਰੇ ਟ੍ਰਾਂਜੀਸ਼ਨ ਐਲੀਮੈਂਟਸ ਦਾ ਵੀ ਕੋਡ ਦੱਸਾਂਗੀ। ਪਰ ਫਿਲਹਾਲ ਇਸ ਵੀਡੀਓ 'ਚ ਤੁਸੀਂ ਫਸਟ, ਸੈਕਿੰਡ, ਉਸ ਤੋਂ ਬਾਅਦ 13, 14, 15, 16, 17, 18 ਗਰੁੱਪ ਦੇ ਕੋਡ ਯਾਦ ਕਰੋ। ਦੁਬਾਰਾ ਰਿਵਾਈਜ਼ ਕਰਵਾ ਦਿੰਦੀ ਹਾਂ ਤੁਹਾਨੂੰ। ਫਸਟ ਗਰੁੱਪ ਇਜ਼ ਐਚ ਹੈਲਨ ਕਬਰ ਸੇ ਫਰਾਰ, ਸੈਕਿੰਡ ਗਰੁੱਪ ਇਜ਼ ਬੇਟਾ ਮੰਗੇ ਕਾਰ ਸਕੂਟਰ, ਬਾਪ ਰਾਜ਼ੀ। 13th ਗਰੁੱਪ ਇਸ ਬਦਲ ਗਿਆ ਇੰਡੀਆ ਥੋੜਾ। 14th ਗਰੁੱਪ ਇਸ ਕਹੇ ਸ਼ਿਵਜੀ ਜੀ ਸੁਨੇ ਪਾਰਵਤੀ। ਐਂਡ ਯੂਅਰ 15th ਗਰੁੱਪ ਇਸ ਦਿਸ, ਯੂਅਰ 15th ਗਰੁੱਪ ਜਿਹੜਾ ਨਾਈਟ੍ਰੋਜਨ ਵਾਲਾ ਸੀ, ਨਾ ਪੀ ਐਸੇ ਸਬਕੇ ਬੀਚ। 16th ਗਰੁੱਪ ਇਸ ਉਸ ਸੇ ਟੇਪੋ।
17th ग्रुप जिहड़ा फ्लोरिन क्लोरिन, फिर कल बाहर आई आंटी, और 18th तो तुहाडे सामने लिखा होया है हीना नीना और करीना का एक्सरे रंगीन। ठीक है बेटा, इदां ही तुहानू सारा पीरियोडिक टेबल मैं याद करा देना है। तुसी अज की करना, तुहाडा की होमवर्क है, सिर्फ इन्ने ग्रुप्स लिख के देखो और इन्हां दे तुसी की याद करो कि एच फॉर हाइड्रोजन, एल आई फॉर लिथियम, जिदा सानू याद है उदा तुहानू याद होने चाहिए है। सो गुड बाय, टेक केयर स्टूडेंट्स, ओना चक ओ तो बाद अपन मिलेंगे अपनी नेक्स्ट वीडियो ना, एंड न्यू टिप एंड ट्रिक फॉर यू पीपल विच मेक्स योर केमिस्ट्री सो इजी दैट यू फील दैट इट इज द इजीएस्ट सब्जेक्ट एवर। थैंक यू सो मच।